ਆਲਟੋ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ। ਡੇਰਾ ਬਾਬਾ ਨਾਨਕ ਲੜਕਿਆਂ ਵਾਲੇ ਸਕੂਲ ਵਿਖੇ ਨਵੀਂ ਕੰਪਿਊਟਰ ਲੈਬ ਸਥਾਪਿਤ। NRI ਬਾਬਾ ਰਜਿੰਦਰ ਸਿੰਘ ਬੇਦੀ ਅਤੇ ਹਿੰਦੁਸਤਾਨ ਗੋਲਡ ਇੰਡਸਟਰੀ ਵੱਲੋਂ ਇਹ ਕੀਤਾ ਗਿਆ ਨੇਕ ਕੰਮ। ਇਹ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈਲ ਆਈਕੋਨ ਵੀ ਦਬਾ ਲਓ। ਡੇਰਾ ਬਾਬਾ ਨਾਨਕ ਲੜਕਿਆਂ ਵਾਲੇ ਸਕੂਲ ਵਿਖੇ ਕੰਪਿਊਟਰ ਲੈਬ ਸਥਾਪਿਤ ਕੀਤੀ ਗਈ। ਇਹ ਬੇਦੀ ਫਾਊਂਡੇਸ਼ਨ ਵੱਲੋਂ ਤੇ ਮੁੱਖ ਸਹਿਯੋਗੀ ਸਨ CSR ਪ੍ਰੋਜੈਕਟ ਹਿੰਦੁਸਤਾਨ ਗੋਲਡ ਇੰਡਸਟਰੀ ਪ੍ਰਾਈਵੇਟ ਲਿਮਿਟਡ ਵੱਲੋਂ ਸਾਬਿਤ ਕੀਤੀ ਗਈ। NRI ਬਾਬਾ ਰਜਿੰਦਰ ਸਿੰਘ ਬੇਦੀ, ਜੋ ਕਿ ਲਗਾਤਾਰ ਬੱਚਿਆਂ ਦੀ ਪੜ੍ਹਾਈ ਨੂੰ ਉੱਪਰ ਚੁੱਕਣ ਲਈ ਉਪਰਾਲੇ ਕਰਦੇ ਰਹਿੰਦੇ ਨੇ, ਉਹਨਾਂ ਵੱਲੋਂ ਇਹ ਨੇਕ ਉਪਰਾਲਾ ਕੀਤਾ ਗਿਆ। ਜੇ ਇਹਨਾਂ ਦੇ ਸਮਾਜ ਸੇਵੀ ਕੰਮਾਂ ਦੀ ਗੱਲ ਕਰੀਏ ਤਾਂ ਹੁਣ ਉਂਗਲਾਂ ਤੇ ਗਿਣਨਾ ਵੀ ਸੰਭਵ ਨਹੀਂ ਹੈ। ਇਸ ਵੇਲੇ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਉਹ ਲਗਾਤਾਰ ਮੋਰੀ ਬਣੇ ਹੋਏ ਨੇ ਤੇ ਲਗਾਤਾਰ ਬੱਚਿਆਂ ਦੀ ਐਜੂਕੇਸ਼ਨ ਨੂੰ ਉੱਚਾ ਚੁੱਕਣ ਲਈ ਪ੍ਰਯਾਸ ਕਰਦੇ ਜਾ ਰਹੇ ਨੇ। ਇੱਕ ਸਮਾਜ ਸੇਵਾ ਦਾ ਕਦਮ ਹੋਰ ਚੁੱਕਦਾ ਹੈ, ਡੇਰਾ ਬਾਬਾ ਨਾਨਕ ਦੇ ਲੜਕਿਆਂ ਵਾਲੇ ਸਕੂਲ ਦੇ ਵਿੱਚ ਕੰਪਿਊਟਰ ਲੈਬ ਖੋਲੀ ਗਈ ਤਾਂ ਕਿ ਬੱਚਿਆਂ ਨੂੰ ਤਕਨੀਕੀ ਸਿੱਖਿਆ ਦਿੱਤੀ ਜਾ ਸਕੇ। ਵੈਸੇ ਤਾਂ ਪਹਿਲਾਂ ਵੀ ਕੰਪਿਊਟਰ ਲੈਬ ਸਕੂਲ ਦੇ ਅੰਦਰ ਸੀ, ਪਰ ਇਸ ਨੂੰ ਜ਼ਿਆਦਾ ਸਸ਼ਕਤ ਬਣਾਉਣ ਲਈ ਤੇ ਹੋਰ ਕੰਪਿਊਟਰ ਇਸ ਵਿੱਚ ਲਗਾਏ ਗਏ ਤੇ ਪ੍ਰੋਜੈਕਟਰ ਦਾ ਵੀ ਇੰਤਜ਼ਾਮ ਕੀਤਾ ਗਿਆ। ਇਸ ਮੌਕੇ DO ਰਜੇਸ਼ ਸ਼ਰਮਾ, ਵਰਿੰਦਰ ਸਿੰਘ ਕਾਲੋ, ਬਿਕਰਮਜੀਤ ਸਿੰਘ ਪ੍ਰਿੰਸੀਪਲ, ਰੁਪਿੰਦਰਜੀਤ ਕੌਰ ਧਾਲੀਵਾਲ ਪ੍ਰਿੰਸੀਪਲ ਸਕੂਲ ਲੜਕੀਆਂ, ਰਿਟਾਇਰਡ DO ਬਲਵੰਤ, ਰਮੇਸ਼ ਅਵਸਥੀ, ਪਰਮਿੰਦਰ ਸਿੰਘ ਸੋਨੀ, ਪ੍ਰਦੀਪ ਸੰਘੇੜਾ, ਬਿਸ਼ਨ ਦਾਸ, ਬਲਜਿੰਦਰ ਸਿੰਘ, ਅਮਰਪ੍ਰੀਤ, ਸੁਖਦੇਵ ਸਿੰਘ, ਪਰਮਿੰਦਰ ਕੌਰ, ਰਾਜਕੁਮਾਰ, ਅਨਿਲ, ਮਨਦੀਪ, ਮਮਤਾ, ਸੋਨੀਆ, ਮਨਿੰਦਰ ਕੌਰ, ਬਲਜਿੰਦਰ ਕੌਰ ਆਦਿ ਵਿਸ਼ੇਸ਼ ਤੌਰ ਤੇ ਉਪਸਥਿਤ ਸਨ। ਤੁਸੀਂ ਦੇਖ ਰਹੇ ਹੋ ਕ੍ਰਿਸ਼ਨ ਗੋਪਾਲ ਦੇ ਨਾਲ ਰਿੰਕਾ ਵਾਲੀਆ ਤੇ ਜਤਿੰਦਰ ਕੁਮਾਰ ਦੀ ਇਹ ਵਿਸ਼ੇਸ਼ ਰਿਪੋਰਟ। ਇੱਥੇ ਪਹੁੰਚੇ DO ਸਾਹਿਬ, ਕਾਲੋ ਸਾਹਿਬ, ਪ੍ਰਿੰਸੀਪਲ ਧਾਲੀ ਸਾਹਿਬ, ਮੈਡਮ ਸਾਹਿਬ, ਹੋਰ ਮੇਰੇ ਦੋਸਤ ਐਡਵੋਕੇਟ ਸਾਹਿਬ ਨਿਰਮਲ ਸਿੰਘ, ਸਿੱਧਾ ਸਿੰਘ ਅਤੇ ਹੋਰ ਮੰਤਰੀ ਸਾਹਿਬ, ਰਮੇਸ਼ ਫੋਟੋਗ੍ਰਾਫ, ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਨਾ ਕਿ ਜਿਨ੍ਹਾਂ ਇੱਥੇ ਪਹੁੰਚ ਕੇ ਇਸ ਲੈਬ ਦੇ ਉਦਘਾਟਨ ਦਾ ਸਾਥ ਦਿੱਤਾ ਅਤੇ ਅਸੀਂ ਅੱਗੇ ਵੀ ਚਾਹੁੰਦੇ ਹਾਂ ਕਿ ਪ੍ਰਿੰਸੀਪਲ ਸਾਹਿਬ ਵਿਕਰਮ ਸਿੰਘ ਮੇਰਾ ਬਹੁਤ ਸਾਥ ਦਿੱਤਾ ਅਤੇ ਹੋਰ ਸਾਥ ਦੇਣ ਸਾਡਾ ਅਤੇ ਅਸੀਂ ਜੋ ਵੀ ਕਹਿਣਗੇ ਕੁਛ ਕਰਾਂਗੇ ਇੱਥੇ। ਤੁਸੀਂ ਬੱਚਿਆਂ ਨੂੰ ਚਾਹੀਦਾ ਕਿ ਪੜ੍ਹਨ ਅਤੇ ਜਿਸ ਕਿਸੇ ਬੱਚੇ ਨੂੰ ਤਕਲੀਫ ਹੋਵੇ ਉਹ ਦੱਸੇ ਅਤੇ ਅਸੀਂ ਹਾਜ਼ਰ ਹਾਂ, ਹਰ ਚੀਜ਼ ਕਰਾਂਗੇ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਪੜ੍ਹਨ ਬੱਚੇ ਅਤੇ ਪੜ੍ਹਾਉਣ, ਜਿਸ ਟੀਚਰ ਪੜ੍ਹਾਉਣਗੇ ਤਾਂ ਦੇਸ਼ ਤਰੱਕੀ ਕਰੇਗਾ, ਜੇ ਪੜ੍ਹਾਉਣਗੇ ਨਹੀਂ ਤਾਂ ਫਿਰ ਦੇਸ਼ ਤਰੱਕੀ ਨਹੀਂ ਕਰ ਸਕਦਾ। ਅਤੇ ਸਾਰਿਆਂ ਨੂੰ ਮੈਂ ਬੇਨਤੀ ਕਰਾਂ ਕਿ ਟਾਈਮ ਸਿਰ ਆਓ ਅਤੇ ਟਾਈਮ ਸਿਰ ਜਾਓ। ਹਾਂਜੀ ਸਰ, ਅੱਜ ਦੇ ਫੰਕਸ਼ਨ ਬਾਰੇ ਕੋਈ? ਮੈਂ ਮਾਨਯੋਗ ਬਾਬਾ ਜੀ ਸਰਦਾਰ ਰਜਿੰਦਰ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਦੋਨਾਂ ਸਕੂਲਾਂ ਨੂੰ ਬਹੁਤ ਕੁਛ ਦਿੱਤਾ। ਅੱਜ ਸਪੈਸ਼ਲੀ ਅੱਜ ਜਿਹੜਾ ਸਾਡੀ ਕੰਪਿਊਟਰ ਲੈਬ ਜਿਹੜੀ ਨਵੀਂ ਬਣਾ ਕੇ ਦਿੱਤੀ ਹੈ, 26 ਕੰਪਿਊਟਰ ਉਹਦੇ ਵਿੱਚ ਦਿੱਤੇ ਨੇ ਅਤੇ ਬਹੁਤ ਵਧੀਆ ਜਿਹੜਾ ਵਾ ਉਹਨਾਂ ਨੇ ਹਰ ਚੀਜ਼ ਸਕੂਲ ਨੂੰ ਸਾਰਾ AC ਕੀਤਾ, ਆਡੀਟੋਰੀਅਮ ਦਿੱਤਾ, ਫੈਨਸ ਦਿੱਤੇ ਨੇ ਸਕੂਲ ਦੇ ਅਲੱਗ ਅਲੱਗ ਕੰਮਾਂ ਵਾਸਤੇ, ਇਲਾਕੇ ਦੇ ਕਈ ਸਕੂਲਾਂ ਨੂੰ ਜਿਹੜੇ ਨੇ ਵਾਟਰ ਕੂਲਰ ਬਹੁਤ ਕੁਛ ਦਿੱਤਾ ਵਾ, ਗਰਲਜ਼ ਸਕੂਲ ਨੂੰ ਵੀ ਬਹੁਤ ਕੁਛ ਦਿੱਤਾ ਵਾ। ਅਤੇ ਅੱਜ ਦੇ ਦਿਵਸ 'ਤੇ ਮੈਂ ਜਿਹੜਾ ਵਾ ਪਰਮਾਤਮਾ ਅੱਗੇ ਅਰਦਾਸ ਕਰਦਾ ਵਾਂ ਕਿ ਪਰਮਾਤਮਾ ਇਹਨਾਂ ਨੂੰ ਤੰਦਰੁਸਤੀ ਦੇਵੇ, ਇਸਾ ਹੀ ਜਿਹੜਾ ਵਾ ਸਾਡੇ ਸਾਰਿਆਂ ਦੇ ਜਿਹੜਾ ਮਿਹਰ ਪ੍ਰਿਆਰਥ ਰੱਖਣ ਅਤੇ ਅਸੀਂ ਜਿਹੜਾ ਵਾ ਐਜੂਕੇਸ਼ਨ ਦੇ ਵਿੱਚ ਅਸੀਂ ਇਹ ਵਿਸ਼ਵਾਸ ਦਵਾਉਂਦੇ ਹਾਂ ਸਾਰੇ ਰਲ ਕੇ ਕਿ ਟੌਪ ਕਲਾਸ ਪਰਫੋਰਮੈਂਸ ਜਿਹੜੀ ਅਸੀਂ ਦੇਵਾਂਗੇ। ਅਤੇ ਡੇਰੇ ਬਾਬੇ ਨਾਨਕ ਦੇ ਵਿੱਚ ਸਪੈਸ਼ਲੀ ਜਿਸ ਤਰ੍ਹਾਂ ਇਹਨਾਂ ਨੇ ਇੰਨਾ ਪੈਸਾ ਦੋਨਾਂ ਸਕੂਲਾਂ 'ਚ ਲਾਇਆ ਵਾ, ਇਹਦੀ ਇੱਕ ਜਿਹੜੀ ਆ ਪੰਜਾਬ 'ਚ ਵੱਖਰੀ ਮਿਸਾਲ ਜਿਹੜੀ ਆ ਉਹ ਅਸੀਂ ਕੋਈ ਕਸਰ ਨਹੀਂ ਛੱਡਾਂਗੇ ਬਣਾਵਾਂਗੇ। ਸਾਡੀ ਅੱਜ ਕੰਪਿਊਟਰ ਲੈਬਸ ਬਣੀ ਆ, ਇਹ ਬੇਦੀ ਫਾਊਂਡੇਸ਼ਨ ਵੱਲੋਂ ਸਾਰਾ ਜਿਹੜਾ ਉਪਰਾਲਾ ਕੀਤਾ ਗਿਆ ਵਾ।
ਅਤੇ ਸਾਡੇ ਮਾਣਯੋਗ ਬਾਬਾ ਰਜਿੰਦਰ ਸਿੰਘ ਜੀ ਦੀ ਰਹਿਨੁਮਾਈ ਹੇਠ ਅਸੀਂ ਸਾਰਾ ਇਹ ਇਹਨਾਂ ਨੇ ਅੱਜ ਪ੍ਰੋਗਰਾਮ ਕੀਤਾ ਵਾ ਅਤੇ ਮੈਂ ਜਿਹੜਾ ਵਾ ਇਹਨਾਂ ਨੇ ਸਪੈਸ਼ਲ ਸਾਨੂੰ ਬੁਲਾਇਆ ਸੀ ਮਾਣਯੋਗ ਡੀ ਸੀ ਸਾਹਿਬ ਜੀ ਨੇ ਵੀ ਆਉਣਾ ਸੀ ਅੱਜ ਉਹਨਾਂ ਦੀਆਂ ਸਪੈਸ਼ਲ ਜਿਹੜੀਆਂ ਇਲੈਕਸ਼ਨ ਕਮਿਸ਼ਨ ਦੀਆਂ ਵੀ ਸੀ ਹੋਣ ਕਰਕੇ ਨਹੀਂ ਆਏ ਮੈਂ ਬਹੁਤ ਹੀ ਧੰਨਵਾਦੀ ਹਾਂ ਬੇਦੀ ਫਾਊਂਡੇਸ਼ਨ ਦਾ ਜਿਨ੍ਹਾਂ ਨੇ ਇੰਨਾ ਵਧੀਆ ਉਪਰਾਲਾ ਕੀਤਾ।